ਸਤਿ ਸ਼੍ਰੀ ਅਕਾਲ ਜੀ, ਜੈ ਜੀ ਵੀ ਵੱਲੋਂ ਸਾਰਿਆਂ ਨੂੰ। ਇਸ ਵੇਲੇ ਆ ਜਿਹੜੀ ਮੈਂ ਵੀਡੀਓ ਬਣਾ ਰਿਹਾ, ਇਸ ਲਈ ਬਣਾ ਰਿਹਾ, ਅਸੀਂ ਉਸਤਾਦ ਸ਼੍ਰੀ ਕੁਲਦੀਪ ਮਾਨਸ ਦੇ ਲਈ ਉਹਨਾਂ ਦੀ ਵਰਸੀ ਦੇ ਉੱਤੇ ਉਹਨਾਂ ਨੂੰ ਗਾਣਾ ਸਮਰਪਿਤ ਕੀਤਾ ਸੀ, ਡੈਡੀਕੇਟ ਕੀਤਾ ਸੀਗਾ। ਮਣਕੇ ਤੋਂ ਮਾਣਕ ਨਵ ਗੜੀ ਵਾਲੇ ਬਾਈ ਦਾ ਲਿਖਿਆ ਹੋਇਆ, ਅਤੇ ਇਹ ਅਸੀਂ ਗਾਣਾ ਉਹਨਾਂ ਦੀ ਸ਼ਰਧਾਂਜਲੀ ਤੌਰ 'ਤੇ ਉਸਤਾਦ ਜੀ ਨੂੰ ਦਿੱਤਾ ਸੀਗਾ। ਲੇਕਿਨ ਮੈਨੂੰ ਹੁਣੇ ਪਿੱਛੇ ਜੇ ਇੱਕ ਦੋ ਵੀਡੀਓਜ਼ ਆਈਆਂ ਨੇ, ਸੁਰਿੰਦਰ ਸ਼ਿੰਦਾ ਜੀ ਜਿਹੜੇ ਆ ਲਿਵਿੰਗ ਲੈਜੈਂਡ ਨੇ, ਅਸੀਂ ਉਹਨਾਂ ਦੇ ਬਹੁਤ ਫੈਨ ਹਾਂ। ਅਸੀਂ ਜਿੱਦਾਂ ਉਸਤਾਦ ਜੀ ਦੀ ਕਦਰ ਕਰਦੇ ਹਾਂ, ਉਦਾਂ ਹੀ ਉਹਨਾਂ ਦੀ ਕਦਰ ਕਰਦੇ ਹਾਂ। ਉਹਨਾਂ ਦੇ ਫੈਨਸ ਨੇ ਥੋੜ੍ਹਾ ਮਾਇੰਡ ਕੀਤਾ ਵੀ ਜਿਹੜੀ ਮੈਂ ਗੱਲ ਆ ਉਹ ਸ਼ਾਇਦ ਸੁਰਿੰਦਰ ਸ਼ਿੰਦਾ ਜੀ ਨੂੰ ਗਈ ਹੋਵੇ। ਮੈਂ ਇੱਥੇ ਕਲੀਅਰ ਕਰਨੀ ਚਾਹੁੰਦਾ ਵੀ ਉਹਨਾਂ ਨੂੰ ਅਸੀਂ ਗੱਲ ਮੁਖਾਤਬ ਨਹੀਂ ਕੀਤੀ, ਇਹ ਸੁਖਸ਼ਿੰਦਰ ਸ਼ਿੰਦਾ ਜੀ, ਕਿਉਂਕਿ ਜਿਹੜਾ ਰਾਈਟਰ ਦਾ ਥੀਮ ਹੈ, ਕਿਉਂਕਿ ਸੁਖਸ਼ਿੰਦਰ ਸ਼ਿੰਦਾ ਜੀ ਦਾ ਮਿਊਜ਼ਿਕ ਕੀਤਾ, ਅਤੇ ਉਹ ਨਵ ਨੇ ਕਿਹਾ ਵੀ ਯਾਰ ਆਹ ਭਾਅ ਜੀ ਗੱਲ ਇੱਕ ਇੱਦਾਂ ਦੀ ਹੈਗੀ ਆ, ਜੇ ਆਪਾਂ ਇਹ ਕਰੀਏ। ਸੋ ਅਸੀਂ ਉਸ ਸੋਚ ਨਾਲ ਕੀਤਾ। ਜੇ ਫਿਰ ਵੀ ਉਹਨਾਂ ਦੇ ਫੈਨਸ ਨੂੰ, ਸੁਰਿੰਦਰ ਸ਼ਿੰਦਾ ਜੀ ਦੇ ਫੈਨਸ ਨੂੰ ਕਿਸੇ ਨੂੰ ਵੀ ਮਾੜਾ ਲੱਗਾ ਹੋਵੇ, ਮਾਫ਼ੀ ਮੰਗਦਾ ਜੀ, ਸੋਰੀ ਮੰਗਦਾ ਜੀ, ਕਿਉਂਕਿ ਅਸੀਂ ਕਦੇ ਵੀ ਇੱਦਾਂ ਦਾ ਕੰਮ ਨਹੀਂ ਕਰ ਸਕਦੇ। ਉਹ ਮੈਂ ਉਹਨਾਂ ਦੀ ਉਨੀ ਰਿਸਪੈਕਟ ਕਰਦਾ ਜਿੱਦਾਂ ਉਸਤਾਦ ਜੀ ਦੀ ਰਿਸਪੈਕਟ ਕਰਦਾ, ਉਨੀ ਸੁਰਿੰਦਰ ਸ਼ਿੰਦਾ ਜੀ ਦੀ ਰਿਸਪੈਕਟ ਕਰਦਾ। ਕਿਸੇ ਵੀ ਸੁਰਿੰਦਰ ਸ਼ਿੰਦਾ ਜੀ ਦੇ ਫੈਨ ਨੂੰ ਕੋਈ ਬੜਾ ਦੁੱਖ ਲੱਗਾ ਹੋਵੇ ਜਾਂ ਉਹਨਾਂ ਨੂੰ ਲੱਗਾ ਹੋਵੇ ਯਾਰ ਉਹਨਾਂ ਲਈ ਇਹ ਗੱਲ ਕਹੀ ਗਈ ਆ, ਅਸੀਂ ਕਦੇ ਇੱਦਾਂ ਦੀ ਗੱਲ ਸੋਚ ਵੀ ਨਹੀਂ ਸਕਦੇ। ਸੋ ਫਿਰ ਵੀ ਤੁਸੀਂ ਗਾਣਾ ਦੇਖ ਸਕਦੇ ਹੋ, ਅਤੇ ਬਾਕੀ ਹੋਰ ਵੀ ਗਾਣੇ ਤੁਸੀਂ ਜਿਹੜੇ ਮੇਰੇ ਆਪਣੇ ਚੈਨਲ ਦੇ ਉੱਤੇ ਆ ਹੋਰ ਆਉਂਦੇ ਰਹਿਣਗੇ ਜੀ। ਸੋ ਅਸੀਂ ਸਾਰਿਆਂ ਦੀ ਰਿਸਪੈਕਟ ਕਰਦੇ ਹਾਂ, ਇੱਜ਼ਤ ਕਰਦੇ ਹਾਂ, ਮਾਣ ਸਤਿਕਾਰ ਕਰਦੇ ਹਾਂ। ਥੈਂਕ ਯੂ ਸੋ ਮੱਚ।